ਆ ਜੀ ਜਲਦੀ ਨਾਲ ਜਰਾ ਰੋਟੀਆਂ ਲਾਓ ਤੁਸੀਂ ਬਹੁਤ ਸਲੋ ਲਾਉਂਦੇ ਰੋਟੀ ਤੁਹਾਨੂੰ ਪਤਾ ਗੈਸ ਮਹਿੰਗੀ ਹੋ ਗਈ ਲੱਕੜਾ ਮਹਿੰਗੀ ਹੋ ਗਈ ਤੁਸੀਂ ਰੋਟੀ ਬੜੇ ਆਰਾਮ ਨਾਲ ਲਾਉਂਦੇ ਹੋ ਓ ਨੋ ਅੱਗੋਂ ਤੁਹਾਨੂੰ ਗੁੱਸਾ ਮਿਲਤੇ ਹੀ ਰਹਿੰਦਾ ਸਾਜ ਜੀ ਜਲਦੀ ਲਾ ਲਓ ਰੋਟੀ ਜਲਦੀ ਲਾ ਲਓ ਬੇੜਾ ਤਰੀਕੇ ਨਾਲ ਕਰ ਜਿਹੜੀ ਗੱਲ ਮੈਂ ਕਹਿੰਦਾ ਉਹਨੂੰ ਸਮਝ ਜਰਾ ਕੀ ਕਹਿ ਰਹੇ ਹੋ ਤੁਸੀਂ ਹੈਂ ਕੀ ਕਹਿ ਰਹੇ ਹੋ ਕਹਿਣ ਕੁਝ ਵੀ ਨਹੀਂ ਦਿਆ ਦਿਲ ਮੈਂ ਕਹਿੰਦਾ ਜਰਾ ਤਰੀਕੇ ਨਾਲ ਧਿਆਨ ਕਰ ਜਰਾ ਧਿਆਨ ਹੀ ਕਰ ਰਹੇ ਹਾਂ ਸਾਜ ਜੀ ਅੱਖਾਂ ਬੰਦ ਕਰਕੇ ਪੇੜੇ ਬਣਾ ਰਹੇ ਹਾਂ ਹੈਂ ਅੱਜ ਤੂੰ ਕਿੰਨੇ ਸੋਹਣੇ ਪੇੜੇ ਬਣਾ ਰਹੇ ਹਾਂ ਪੇੜੇ ਸੋਹਣੇ ਘੱਟਾ ਬਣਦੇ ਪੇੜੇ ਤਰੀਕੇ ਨਾਲ ਬਣਾ 160 ਰੁਪਏ ਕਿਲੋ ਆਟਾ ਹੈਗਾ ਵਾ ਤੈਨੂੰ ਕਹਿੰਦਾ ਜਰਾ ਤਿਆਰ ਕਰ ਤੂੰ ਕਰਨ ਹੀ ਨਹੀਂ ਦਿਆ ਪੇੜੇ ਕਰਨੇ ਆ ਵਾ ਉਹ ਸਾਜ ਜੀ ਤੁਹਾਡੇ ਕੀੜੇ ਪੈਣੇ ਆ ਤੁਸੀਂ ਲੈ ਕੀੜੇ ਪੈਣੇ ਤੇ ਤੇਰੇ ਕੀ ਪੈਣੇ ਤੁਸੀਂ ਜ਼ਿਆਦਤੀ ਕਰਦੇ ਹੋ ਨਾਮ ਰਾਤਾ ਤੈਨੂੰ ਸਮਝ ਨਹੀਂ ਆ ਕਿ ਜ਼ਿਆਦਤੀ ਕਾਦੀ ਕਰਨੇ ਆ ਨਿਗੇ ਨਿਗੇ ਬੱਚੇ ਇੰਨੇ ਬੰਦੇ ਨੂੰ ਜਿਹੜੇ ਖਰਚੇ ਦੇਣੇ ਕਿੱਥੋਂ ਦੇਣੇ ਇੱਥੋਂ ਹੀ ਦੇਣੇ ਕੱਢ ਕੇ ਇਹ ਕਾਦੀ ਜ਼ਿਆਦਤੀ ਹੋਈ ਆ ਤੁਹਾਡੇ ਨਾਲ ਕੀੜੇ ਪਰ ਨਾ ਤੁਹਾਨੂੰ ਸੱਪ ਲੜਨੇ ਆ ਸੱਪ ਵੀ ਉਸਤਾਦ ਜੀ 200 ਮੀਟਰ ਵਾਲੇ ਤੁਹਾਨੂੰ ਲੜਨੇ ਆ ਅੱਛਾ ਤੂੰ ਗੱਲਾਂ ਨਾ ਕਰ ਪੇੜੇ ਘਰ ਛੱਡ ਦੇ ਅੱਗੇ ਲੈ ਸੀ ਪਾਈ ਆ ਆ ਕਿਦੋਂ ਆ ਦੇਖੋ ਕਿਹੜੇ ਮਨਾਸਾ ਪੇੜੇ ਕਰ ਰਹੇ ਆ ਸਾ ਜੀ ਕਿਲੋ ਆਟੇ ਦੇ ਵਿੱਚ ਮੈਂ ਨਾ 8 ਪੇੜੇ ਬਣਾ ਰਿਹਾ ਵਾ 8 ਪੇੜੇ ਨਹੀਂ ਬਣਾਉਣੇ ਤੈਨੂੰ ਕਿਹਾ 12 ਪੇੜੇ ਬਣਾਉਣੇ ਤੈਨੂੰ ਸਮਝ ਕਿਉਂ ਨਹੀਂ ਆਉਣ ਰਹੀ ਸਾ ਜੀ ਤੁਸੀਂ ਗਰਕ ਹੋ ਜਾਣਾ ਵਾ ਉਹ ਗਰਕ ਮੈਂ ਐਵੇਂ ਹੋ ਜਾਣਾ ਵਾ ਤੁਸੀਂ ਇਹ ਨਾ ਤੰਦੂਰ ਤੇ ਰੋਟੀ ਲਾਣ ਜਾਓ ਤੇ ਤੰਦੂਰ 'ਚ ਡਿੱਗ ਜਾਓ ਜਾ ਕੇ 27000 ਰੁਪਏ ਦੁਕਾਨ ਦਾ ਕਿਰਾਇਆ ਵਾ ਜਿਹੜਾ ਕਾਰੀਗਰ ਕੜਾਈਆਂ ਤੇ ਖਿਲਾ ਰਿਹਾ ਵਾ ਉਹਦੀ 1600 ਰੁਪਏ ਉਹਦੀ ਦਿਹਾੜੀ ਆ 1600 ਦਿਹਾੜੀ ਦੇ ਸਾਜੀ ਪੈਸੇ ਵੀ ਤੁਸੀਂ ਇੰਨੇ ਥੱਪੂ ਕਰ ਲੈ ਕੇ ਜਾਂਦੇ ਆ ਓਏ ਥੱਪੂ ਲਿਆਣੇ ਨਹੀਂ ਮਿਹਨਤਾਂ ਕੀਤੀਆਂ ਵਾ ਪਿਓ ਬਾਬੇ ਦੇ ਕੰਮ ਬਣਾ ਕੇ ਦਿੱਤਾ ਵਾ ਕਿਹੜੀ ਆ ਮਿਹਨਤ ਜਿਹੜੀ ਤੁਸੀਂ ਪੇੜਾ ਮੂੰਹ ਨਾਲ ਲਾਉਂਦੇ ਹੋ ਬਕਵਾਸ ਨਾ ਕਰ ਕਿਲਕਿਲ ਨਾ ਪਾ ਵੀ ਗੱਦੀ ਦੇ ਅੱਗੇ ਮੂੰਹ ਰੱਖਦੇ ਤੇ ਫੇਰ ਜਾ ਕੇ ਅੰਦਰ ਰੋਟੀ ਲਾਣ ਜਾਂਦੇ ਹੋ ਤੁਸੀਂ ਹੈ ਚਲੋ ਓਏ ਨੈਸ਼ੀ ਨਾ ਪਾ ਓਏ ਜਲਦੀ ਕਰ ਲੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭਾਈ ਨੇ ਹੱਥ ਧੋ ਕੇ ਨਾ ਤੇ ਬਾਬਾ ਸਾਰੀਆਂ ਰੋਟੀਆਂ ਲਾ ਦੇ ਕੀ ਮੈਂ ਗਾਰਾ ਬਣਾਉਣੇ ਬਾਜੀ ਬੇਨੇ ਲੈ ਭਾਈ ਇੰਨੇ ਬੜੇ ਪਰੌਣੇ ਆਏ ਨੇ ਸਾਡੇ ਘਰ ਪਰੌਣੇ ਆਉਣ ਤੇ ਫਿਰ ਹੱਥ ਧੋ ਲਈਦੇ ਹੁੰਦੇ ਹੋਰ ਜਿਵੇਂ ਦਾ ਤੇਰਾ ਮੂੰਹ ਮੈਂ ਕਹਿੰਦੀ ਹੱਥ ਚੰਗੀ ਤਰ੍ਹਾਂ ਧੋ ਲਵੀ ਚੰਗੀ ਤਰ੍ਹਾਂ ਦੱਸੋ ਬਾਜੀ ਤੁਸੀਂ ਕੰਮ ਕਿ ਦੱਸੋ ਉਹ ਮਾਸ਼ਾਅੱਲਾ 40 45 ਪਰੌਣੇ ਆਏ ਨੇ ਸਾਡੇ ਘਰ ਪੇੜੇ ਦੇ ਛੋਟੇ ਘਰ ਆ ਕੀ ਕਰਨੇ ਆ ਸਾਜੀ ਛੋਟੇ ਪੇੜੇ ਆ ਵੇ ਸਹੀ ਹੈ ਵੇ ਮਦਰੀਆਂ ਰੋਟੀਆਂ ਲੱਗਣਗੀਆਂ ਸ਼ਾਬਾਸ਼ ਮਦਰੀਆਂ ਕਾਦੀਆਂ ਬਾਕੀ ਉਹਨੂੰ ਆਪਣੇ ਸਾਹਮਣੇ ਦੱਸਣ ਦਿਓ ਸਾਜੀ ਆ ਮੇਰੇ ਦਾ ਦ੍ਰਿਸ਼ ਆਇਆ ਦਾ ਇਹ ਰੱਖ ਤੈਨੂੰ ਕਿਹਾ ਤੂੰ ਪਤਾ ਨਹੀਂ ਕੀ ਕਰੀ ਜਾਣੇ ਆ ਹਾਂ ਇੱਕ ਇੱਕ ਪੇੜੇ ਦੇ ਦੋ ਦੋ ਬਣਾਈ ਜਾਂਦਾ ਹੈ ਸਾਜੀ ਦਾ ਕਿੱਡੇ ਦਾ ਮਾਰਨ ਬੈਠਾ ਹੈ ਉਹ ਦਾ ਬਾਜੀ ਤੈਨੂੰ ਦਾ ਅੱਜ ਕਿਹੜਾ ਲਾਤਾ ਭੈਣ ਆ ਮੇਰੀ ਭੈਣ ਉੱਥੇ ਜਿੱਤੇ ਤੇ ਖੁਸ਼ਕਾ ਪੈ ਰਿਹਾ ਓਏ ਆ ਤਰੱਕੀ ਕਰਨੇ ਆ ਤੂੰ ਨਾਮ ਰਾਤਾ ਕੋਈ ਗੱਲ ਕੰਮ ਦੱਸੋ ਬਾਜੀ ਭਾਈ ਤੁਹਾਡਾ ਆਪਸ ਵਿੱਚ ਕੰਜਰਖਾਨਾ ਮੁੱਕੇ ਤੇ ਮੈਂ ਕੋ ਕੰਮ ਕਰਵਾਉਣਾ ਤੁਹਾਨੂੰ ਸੀ ਜਿਹੜੇ ਇੱਥੇ ਬੜਾ ਨਰਗਸ ਦਾ ਮੁਜਰਾ ਸੁਣਦੇ ਪਏ ਵੇ ਆਰਾਮ ਨਾਲ ਵੇ ਲੈਣ ਮੇ ਰੋਟੀਆਂ ਆਈਆਂ ਸਨਾਨ ਤੂੰ ਮੈਨੂੰ ਮੁਜਰੇ ਦੇ ਆ ਡਿਆ ਤੂੰ ਕੰਜਰਖਾਨਾ ਦੱਸ ਰਹੀ ਹੈ ਜੇ ਹਾਂ ਕਿੱਡੀ ਮਾੜੀ ਗੱਲ ਛੇਤੀ ਵੇ ਤੇ ਸਹੀ ਇਹਦਾ ਮੂੰਹ ਵੇ ਤੇ ਇਹਦੇ ਕੰਮ ਵੇਖ ਇੱਕ ਇੱਕ ਪੇੜੇ ਦੇ ਦੋ ਦੋ ਪੇੜੇ ਕੀਤੀ ਜਾਂਦਾ ਹੈ ਤੇ ਬਾਜੀ ਜਿਹੜੇ ਬਣਦੇ ਉਹੀ ਕਰਨੇ ਸੀ ਹੁਣ ਬਣਦੇ ਨੇ ਕਿੱਡੇ ਦਾਲ ਆ ਰਹੇ ਅੱਛਾ ਮੇਰੀ ਗੱਲ ਸੁਣ 40 ਕੋ ਮਹਿਮਾਨ ਆਏ ਨੇ ਸਾਡੇ ਘਰ ਇੱਕ ਮਿੰਟ ਪਹਿਲੇ ਆਏ ਦਾ ਤੇ ਆ ਕੀ ਹੈ ਯਾਰ ਸਾਜੀ ਪੇੜੇ ਪੇੜੇ ਕੋ ਚੰਗੇ ਤਰੀਕੇ ਨਾਲ ਕਰ ਯਾਰ ਤੁਸੀਂ ਫੋਟੋ ਖਿਚਾਉਂਦੀ ਹੋ ਪੇੜੇ ਫੋਟੋ ਖਿਚਾਉਣ ਜਿਹੜਾ ਤੈਨੂੰ ਸਾਇਜ਼ ਦੱਸਿਆ ਉਹ ਕਰਦਾ ਯਾਰ ਤੂੰ ਸਾਇਜ਼ ਦੱਸਿਆ ਸਾਜੀ ਤੁਹਾਡੇ ਨਾ ਸਾਡੇ ਪੇੜੇ ਕਰ ਕੋਣੇ ਤੁਸੀਂ ਇੰਨੇ ਇੰਨੇ ਪੇੜੇ ਕਰਾ ਰਹੇ ਵੇ ਭਾਈ ਤੁਸੀਂ ਤੇ ਵਿਹਲੇ ਹੋ ਮੈਂ ਵਿਹਲੀ ਨਹੀਂ ਆ ਜਲਦੀ ਨਾਲ ਰੋਟੀਆਂ ਲਾ ਕੇ ਦੇ ਕੀ ਭੈਣ ਦੱਸ ਕੀ ਰੋਲਾ ਤੇਰਾ ਅੱਛਾ ਮੇਰੇ ਘਰ ਨਾ 40 ਕੁ ਪਰੌਣੇ ਆਏ ਨੇ 40 ਪਰੌਣੇ ਆਏ ਰੋਟੀਆਂ ਕਿੰਨੀਆਂ ਚਾਹੀਦੀਆਂ ਤੂੰ ਹਿਸਾਬ ਲਾ ਹਾਂ ਮੈਂ ਵੀ ਪਾ ਕੇ ਤੇ ਕਿੰਨੀਆਂ ਰੋਟੀਆਂ ਬੰਦੇ ਕਿੰਨੇ ਆ ਬੰਦੇ ਕਿੰਨੀਆਂ 40 ਟੋਟਲ ਜੀਆਂ ਜਾਂ ਲੈ ਟੋਟਲ 40 ਨੇ ਬੁੱਢੀਆਂ ਬੰਦੇ ਤੈਨੂੰ ਦੱਸਾਂ ਮੈਂ ਐਡਾ ਤੂੰ ਮੇਰਾ ਰਿਸ਼ਤੇਦਾਰ ਕੀ ਕਰਾਂ 70 ਰੋਟੀਆਂ ਲਵਾ ਲਓ 70 ਰੋਟੀਆਂ ਭਲਾ ਕਿੰਨੇ ਦੀ ਰੋਟੀ ਏ ਰੋਟੀ ਬਾਜੀ 20 ਰੁਪਏ ਦੀ ਰੋਟੀ ਆ ਲੈ ਅੱਗ ਲਾਈ ਤੰਦੂਰ ਤਰਾਂ ਬਾਜੀ ਤਾਂ ਕਹਿੰਦਾ ਰੋਟੀ ਪੱਕਦੀ ਆ ਐਡੀ ਮਹਿੰਗੀ ਰੋਟੀ ਨਹੀਂ ਹੈਗੀ ਐਨੀਆਂ ਬੜੀਆਂ ਰੋਟੀਆਂ ਮੈਂ ਲੈਣੀਆਂ 10 ਰੁਪਏ ਲਾ ਬਾਜੀ 10 ਰੁਪਏ ਦੀ ਵਾਰਾ ਨਹੀਂ ਖਾਂਦੀ 160 ਰੁਪਏ ਕਿਲੋ ਆਟਾ ਵਾ ਹਾਂਜੀ ਹਾਂਜੀ ਲੈ ਜਿਹੜੇ ਕੱਟੀਆਂ ਰੋਟੀਆਂ ਲਵੇ ਉਹਨੂੰ ਡਿਸਕਾਊਂਟ ਕਰੀਦਾ ਏ ਭਾਈ ਦਾਦਾ ਡਿਸਕਾਊਂਟ ਕਰੀਦਾ ਜਿੰਨੇ ਦੀ ਰੋਟੀ ਸਾਰੇ ਪਾਸੇ ਸਾਰੇ ਦਿੰਦੇ ਇੱਥੇ ਵੀ ਉਹਨੇ ਦੇਣੇ ਚੱਲ ਚੱਲ ਭਾਈ ਬੈਸ ਨਾ ਕਰ 15 ਰੁਪਏ ਲਾ ਲਓ ਬਸ ਕਰ ਬਾਜੀ 70 ਰੋਟੀਆਂ ਲੈਣੀਆਂ ਤੇ ਹੈ ਤੂੰ ਸਸਤੇ ਕਰਾਈ ਆ ਰਹੀ ਵੇ ਮਰੇ 15 ਰੁਪਏ ਥੋੜੇ ਨਹੀਂ ਉਹ ਸਾਡੇ ਕੋਲ 1000 ਰੋਟੀ ਲਾ ਵੀ ਅਸੀਂ ਫੇਰ ਨਹੀਂ ਘਟ ਕਰਦੇ ਆਗੇ ਇਹਨੂੰ ਕਹਿ ਫਿਰ ਦਾਣਾ ਮਾਰੇ ਇੱਕ ਇੱਕ ਪੇੜੇ ਦੇ ਦੋ ਦੋ ਪੇੜੇ ਕੀਤੀ ਜਾਂਦਾ ਆ ਕਹਿੰਦਾ ਬਾਜੀ ਜਿਹੜਾ ਪੇੜੇ ਦਾ ਸਾਇਜ਼ ਆ ਸੀ ਉਹੀ ਰੱਖਣਾ ਵਾ ਸਾਇਜ਼ ਸੂਜ਼ਦਾ ਨਹੀਂ ਮੈਨੂੰ ਪਤਾ ਮੈਂ ਮਦਰੀਆਂ ਰੋਟੀਆਂ ਲੈਣੀਆਂ ਨੇ ਚੰਗੀਆਂ ਪੱਕੀਆਂ ਹੋਣ ਦਾਣਾ ਮਾਰੀ ਅਸੀਂ ਇੱਥੇ ਲੁੱਡੋ ਰੱਖੀ ਤੇ ਦਾਲ ਆ ਰਹੇ ਆ ਓਏ ਆ ਕਰੀ ਜਾਣਾ ਤੇ ਵੀ ਉਹਦੇ ਵਰਗਾ ਹੋਇਆ ਪਿਆ ਜੀ ਮਹਿਮਾਨ ਅਜ ਖੈਰ ਨਾਲ ਆਇਆ ਤੈਨੂੰ ਮੈਂ ਦੱਸਾਂ ਤੂੰ ਮੇਰਾ ਰਿਸ਼ਤੇਦਾਰ ਹੈ ਜਾ ਕੰਮ ਕਰੋ ਆਪਣਾ ਜਾ ਕੇ ਰੋਟੀਆਂ ਲਾ ਕੇ ਇੱਕ ਵੀ ਰੋਟੀ ਸੜੀ ਨਾ ਤੇ ਤੈਨੂੰ ਨਹੀਂ
ਮੈਂ ਛੱਡਣਾ ਮੈਂ ਤੈਨੂੰ ਤੰਦੂਰ ਦੇ ਵਿੱਚ ਆ ਕੇ ਤੁੰਨ ਦੇਣਾ ਰੋਟੀ ਜਿਹੜੀ ਛੱਡਣੀ ਅਸੀਂ ਉਹ ਅਸੀਂ ਰੱਖ ਲੈਣੀ ਆ ਬਾਕੀ ਰੌਲਾ ਕਹਿਦਾ ਮੈਂ ਇਹ ਦੱਸ ਤੁੰਨ ਵੇ ਮਰੋ ਵੇ ਮੈਂ ਜਿੱਥੇ ਜਾਣੀ ਉੱਥੇ ਅੱਗੇ ਮੈਨੂੰ ਮੋਟੂ ਪਤਲੂ ਟੱਕਰ ਜਾਂਦੇ ਨੇ ਇੱਥੇ ਵੀ ਕਿਹੜਾ ਕੰਮ ਕਰੀਏ ਤੂੰ ਉੱਥੇ ਆ ਕੇ ਕਿਲ ਕਿਲ ਪਾ ਦਿੰਨੀ ਆ ਹਾਂ ਹਾਏ ਤੇ ਬਾਜੀ ਬਿੱਲ ਪਤੋੜੀ ਤੂੰ ਵੀ ਸਾਡੇ ਮਗਰ ਹੀ ਰਹਿਣੀ ਵੇ ਰਾਮ ਨਾਲ ਵੇ ਜਿੱਥੇ ਜਾਣੀ ਉੱਥੇ ਫਰਿਸ਼ਤੇ ਤਰ੍ਹਾਂ ਅੱਗੇ ਬੈਠੇ ਹੁੰਦੇ ਹੋ ਅਸੀਂ ਤੇਰੀ ਜਾਲ ਕੱਢਣ ਲੱਗੇ ਫਰਿਸ਼ਤੇ ਤਰ੍ਹਾਂ ਲੈ ਪਿੱਟੇ ਮੂੰਹ ਤੁਹਾਡਾ ਪਤਲੂ ਪੇੜੇ ਕਰਨ ਡਿਆ ਤੇ ਮੋਟੂ ਰੋਟੀਆਂ ਲਾਣ ਡਿਆ ਏ ਰੋਟੀ ਲਾਣੀ ਆ ਰੋਟੀ ਲਾਣੀ ਆ ਬੱਜੀ ਹੁਣ ਲੈਣੀਆਂ ਕਿੰਨੀਆਂ ਰੋਟੀਆਂ ਆਪੇ ਰੋਟੀਆਂ ਲਾਣ ਵਾਲੀ ਸੀਖ ਵਰਗਾ ਪਤਲੂ ਤੇਰਾ ਮੂੰਹ ਏ ਵੇਖ ਲੋ ਐਵੇਂ ਬਾਜੀ ਦੇ ਕੁਛ ਲੱਗਦੇ ਆ ਰੋਟੀਆਂ ਲਾਣ ਵਾਲੀ ਗੱਦੀ ਵਰਗਾ ਮੋਟੂ ਦਾ ਮੂੰਹ ਏ 40 ਬੰਦਿਆਂ ਦੀ ਕਮ 70 ਰੋਟੀਆਂ ਜ਼ਰੂਰ ਬਣਦੀਆਂ ਵੇ 70 ਰੋਟੀਆਂ ਬਣਦੀਆਂ ਬਰੇ ਤਾਂ ਤੈਨੂੰ ਕਹਿੰਨੀ 15 ਰੁਪਏ ਲਾ ਲੈ 15 ਰੁਪਏ ਭੈਣ ਕਿੱਦਾਂ ਲਾ ਲਈਏ ਤੇ ਤੂੰ ਮੇਰੇ ਤੇ ਮੋਟੂ ਆਈ ਤਰਸ ਕਰ ਲੈ ਮੇਰੇ ਘਰ ਇੰਨੇ ਵੱਡੇ ਇਕੱਠੇ ਪਰੌਣੇ ਆ ਗਏ ਤੇ ਤਰਸ ਕਰ ਲਈ ਤੇਰੀ ਕਿਸ ਨੇ ਬਾਹ ਲਾਤੀ ਤੇ ਮੂੰਹ ਐਡੀ ਮਹਿੰਗਾਈ ਦੇ ਦੌਰ 'ਚ ਇੰਨੇ ਵੱਡੇ ਪਰੌਣੇ ਆ ਜਾਣ ਕੀ ਮੋਟੂ ਪਤਲੂ ਮੇਰਾ ਸਾਥ ਨਹੀਂ ਦੇਣਗੇ ਵੀ ਜੀ ਤੇਰੀ ਲੱਤ ਐ ਨਹੀਂ ਜਿਹੜਾ ਤਰਸ ਕਰ ਲਈ ਆਟਾ 60 ਰੁਪਏ ਕਿਲੋ 160 ਰੁਪਏ ਕਿਲੋ ਆਟਾ ਹੈ ਕਿੱਦਾਂ ਕਰ ਲਈਏ ਭੈਣ 12 ਨਹੀਂ ਖਾਂਦਾ ਲੈਣੀਆਂ ਲੈ ਸਾਡਾ ਕੰਮ ਨਾ ਕਰ ਮੈਂ ਮੋਟੂ ਹੋਰ ਕਿਤੋਂ ਕਸਰ ਕੱਢ ਲਵੀ ਓਏ ਸਾਲਣ ਭੇਜ ਅੰਦਰ ਯਾਰ ਉਹਨੂੰ ਕਸਰ ਕਿਤੋਂ ਕੱਢ ਲਵਾਂ ਮੈਂ ਸਾਲਣ ਭੇਜੀ ਆ ਨਾ ਮੈਨੂੰ ਰੋਟੀਆਂ ਲਾ ਦੇ ਫਟਾਫਟ ਭੈਣ ਰੋਟੀਆਂ ਲੈਣੀਆਂ ਕਿੰਨੀਆਂ ਵਾ ਵੇ ਭਾਈ 40 ਕੋ ਪਰੌਣੇ ਆਏ ਨੇ ਮੈਂ ਤੈਨੂੰ ਕਿਹਾ ਤੇ ਗਾ ਉਸ ਹਿਸਾਬ ਨਾਲ ਰੋਟੀਆਂ ਮੈਨੂੰ ਲਾ ਦੇ ਤੈਨੂੰ ਦੱਸਿਆ 70 ਰੋਟੀਆਂ ਬਣਦੀਆਂ ਵਾ ਅੱਛਾ ਫਾਲੇ ਬੰਡਲ ਰੋਟੀਆਂ ਦਾ ਉਰੇ ਪੁੱਛਾ ਜੀ ਤਾਲਾ ਲਾ ਕੇ ਜੁੜਾ ਕਰਦਾ ਹੁਣੇ ਲਾ ਗਿਆ ਕੰਨ ਮੈਂ ਮੋਟੂ ਇਧਰ ਹੋ ਵੇ ਇੱਕ ਮਿੰਟ ਮੇਰੀ ਗੱਲ ਸੁਣ ਇਧਰ ਹੋ ਤੁਸੀਂ ਲਾ ਬੈਠੇ ਹੋ ਰੋਟੀਆਂ ਅੱਛਾ ਤੁਹਾਨੂੰ ਸਾਰੀ ਜ਼ਿੰਦਗੀ ਨਹੀਂ ਚੱਜ ਆ ਸਕਦਾ ਅੱਛਾ ਤੈਨੂੰ ਚੱਜ ਆਗਾ ਤੂੰ ਲਾ ਲਾ ਚੱਜ ਵੇਖੀ ਮੈਂ ਲਾਂਦੀ ਕਿੱਦਾਂ ਵਾਂ ਤੈਨੂੰ ਪਤਾ ਹੀ ਨਹੀਂ ਹੈ ਮੇਰਾ ਮੇਰੀ ਪੈਰ ਰੋਟੀ ਲਾ ਲੈ ਕਿਤੇ ਬਾਜੀ ਖਾ ਕੇ ਤੇ ਨਾ ਚੱਲ ਜਾਈ ਵੇ ਜਾ ਵੇ ਕੰਮ ਕਰ ਜਾ ਕੇ ਆਪਣਾ ਚਮਚੀ ਦੇ ਮੂੰਹ ਵਾਲਿਆ ਐ ਚਮਚੀ ਕੋ ਬਚ ਕੇ ਰਹੀ ਏ ਇਹਨਾਂ ਤੇ ਦਵਾਈ ਖਾਣੀ ਐ ਐਵੇਂ ਐਦਾਂ ਰੋਟੀ ਲਾਈ ਦੀਏ ਮਰੇ ਇੱਧਰ ਮਾਰ ਲਾਈ ਅਸੀਂ ਐ ਕਿ ਲੋਨੇ ਇੱਧਰ ਮਾਰ ਇੱਦਾਂ ਕਰਕੇ ਫਟਾਫਟ ਰੋਟੀਆਂ ਲਾ ਲਾ ਦਿੱਤੀ ਆ ਵੈਸੇ ਨਾ ਅੱਲਾ ਝੂਠ ਨਾ ਬੁਲਾਵੇ ਸਾਨੂੰ ਕਿ ਕਾਰੀਗਰ ਦੀ ਜ਼ਰੂਰਤ ਹੈ ਤੂੰ ਆ ਜਾ ਤੇ ਨਾ ਸਾਡਾ ਰਸ਼ ਵੀ ਪਿਆ ਰਿਹਾ ਹੈ ਯਾਰ ਰਸ਼ ਨਾ ਪਏ ਉਹ ਪਿੱਟੇ ਮੂੰਹ ਤੁਹਾਡਾ ਕਿੰਨੇ ਤੁਸੀਂ ਬਦਤਮੀਜ਼ ਹੋ ਇੱਥੇ ਮੇਰੇ ਮੇਰੇ ਬੰਦੇ ਨੇ ਵੇਖ ਲਿਆ ਨਾ ਉਹਨੇ ਮੈਨੂੰ ਜੁੱਤੀਆਂ ਮਾਰਨੀਆਂ ਨੇ ਤੈਨੂੰ ਬਾਕੀ ਪੈਣੀਆਂ ਚਾਹੀਦੀਆਂ ਐ ਵੇਖ ਲੈ ਬਕਵਾਸ ਕਰਦਾ ਵੇ ਨਾਲੇ ਮੇਰੇ ਕੋ ਰੋਟੀ ਲਵਾ ਲਈ ਨਾਲੇ ਮੇਰੇ ਨਾਲ ਬਦਤਮੀਜ਼ੀ ਕਰਦਾ ਵੇ ਲਾ ਵੀ ਸਾਡੇ ਮੁੰਡਾ ਇੱਕ ਕਾਕਾ ਇੱਕ ਆ ਕੇ ਵਿੱਚ ਕੋਲੋ ਜਾ ਚਲੋ ਇਹਨੂੰ ਇਹਨੂੰ ਰੋਟੀਆਂ ਦੀ ਕੰਮ ਤੇ ਰੋਟੀਆਂ ਲੈ ਕੇ ਜਾ ਯਕੀਨ ਕਰ ਜਿੱਦਾਂ ਦਾ ਤੇਰਾ ਮੂੰਹ ਇਹਨੇ ਰੋਟੀ ਖਾਣ ਤੇ ਤੇਰੇ ਹੱਥ ਹੀ ਦਿਲ ਨਹੀਂ ਕਰਨਾ ਨਾ ਰੋਟੀ ਮੇਰੇ ਹੱਥ ਹੀ ਖਾ ਮੈਂ ਤੈਨੂੰ ਕਹਿੰਨੇ ਵੀ ਮੈਂ ਤੇਰੀ ਖਾਤਰ ਬੇਟਾ ਹਾਂ ਇੱਥੇ ਮਿੰਟ ਬਾਅਦ ਤੂੰ ਮੇਰੇ ਸਾਹ ਦਾ ਮੂੰਹ ਨੋਲੀ ਜਾਂ ਤੈਨੂੰ ਰਿਸ਼ਤਾ ਦੇਣਾ ਨੂੰ ਉਹ ਫਿੱਟੇ ਮੂੰਹ ਦੁਮਚੀ ਦੇ ਮੂੰਹ ਵਾਲਿਆ ਕੀ ਮੇਰੇ ਕੰਨ ਵਿੱਚ ਪੜੀ ਜਾਂਦਾ ਹੈ ਬਾਜੀ ਮੈਂ ਤੇਰੀ ਤਲਬਦਾਰੀ ਕਰ ਜਾ ਭੈਣ ਜਾ ਸਾਡਾ ਦਿਮਾਗ ਨਾ ਖਰਾਬ ਵੇ ਮੋਟੂ ਰੋਟੀਆਂ ਲੈ ਕੀ ਡਰਾਮੇ ਕਰਨ ਡਿਆ ਹੈ ਤੈਨੂੰ ਦੱਸਿਆ 20 ਰੁਪਏ ਦੀ ਰੋਟੀ ਲਾਉਣੀ ਆ 40 ਰੋਟੀਆਂ ਲੱਗੀਆਂ ਪਈਆਂ ਵਾ ਨਹੀਂ ਮੈਂ ਠੰਡੀਆਂ ਨਹੀਂ ਲੈਣੀਆਂ ਪਤਾ ਨਹੀਂ ਕਦੋਂ ਦੀਆਂ ਲਾ ਕੇ ਰੱਖੀਆਂ ਨੇ ਕਰ ਯਾਰ ਠੰਡੀਆਂ ਕਰ ਹਾਂ ਠੰਡੀਆਂ ਰੋਟੀਆਂ ਐ ਮੈਨੂੰ ਪਤਾ ਹੈ ਕੱਲ ਦੀਆਂ ਪਈਆਂ ਨੇ ਸੇਕਾ ਦਿੱਤਾ ਹੈ ਤੁਸੀਂ ਮੈਨੂੰ ਸਾਰਾ ਪਤਾ ਹੈ ਭੈਣ ਆ ਗਰਮ ਰੋਟੀਆਂ ਵਾ ਹਾਂ ਸਾਰੀਆਂ ਰੋਟੀਆਂ ਕੋਈ ਨਹੀਂ ਗਰਮ ਹੈਗੀਆਂ ਐ ਨਹੀਂ ਤਾਜ਼ੀਆਂ ਐ ਨਹੀਂ ਮੈਂ ਲੈਣੀਆਂ ਇਹਨਾਂ ਦੀਆਂ ਲਾ ਕੇ ਦਿਓ ਇਹਨੂੰ ਠੰਡੀਆਂ ਕਿਸੇ ਫ੍ਰਿਜ ਚੋਂ ਕੱਢ ਰਹੇ ਆ ਮੈਨੂੰ ਵੀ ਪਤਾ ਲੱਗਿਆ ਮੋਟੂ ਨੂੰ ਚੱਜ ਐ ਰੋਟੀਆਂ ਲਾਉਣ ਦਾ ਨਹੀਂ ਤੇ ਆ ਕੀ ਕੈਪੀ ਰੋਟੀਆਂ ਲੱਗੀਆਂ ਤੁਸੀਂ ਰੋਟੀ ਲਾਓ ਇਹਨੇ ਕੁਝ ਨਹੀਂ ਲੈਣਾ ਹੈਗਾ ਬਾਕੀ 40 ਮਹਿਮਾਨ ਆ ਜਾ ਨਹੀਂ ਜਿੱਥੇ ਦਿਲ ਕਰ ਜਿਹੜਾ ਵੀ ਕੰਮ ਅਸੀਂ ਸ਼ੁਰੂ ਕਰਦੇ ਆ ਕੇ ਤੂੰ ਕਿਲ ਕਿਲ ਆਪਣੀ ਪਾ ਦੇ ਚਲੋ ਕਿਲ ਕਿਲ ਮੈਂ ਕਾਦੀ ਪਾਣੀ ਰੁਗਾ ਕਾਈਆਂ ਰੋਟੀਆਂ ਲੈਣ ਆਈਆਂ ਰੋਟੀਆਂ ਦੇ ਤੇਰਾ ਕੰਮ ਏ ਵੇ ਤੰਦੂਰ ਪੁੱਟ ਕੇ ਮੈਂ ਤੇ ਕਹਿੰਨੀ ਆ ਮੇਰੇ ਘਰ ਲੈ ਚੱਲ ਮੇਰੇ ਪ੍ਰਾਣੇ ਵੀ ਖੁਸ਼ ਹੋ ਜਾਣਗੇ ਨਾਲੋਂ ਨਾਲ ਰੋਟੀਆਂ ਲਾ ਕੇ ਦਿੰਦਾ ਰਹੀ ਉੱਥੇ ਕੀ ਚਲੀਸਵੇਂ ਦਾ ਖਤਮ ਆ ਘਰ ਲੈ ਜਵਾਂ ਤੰਦੂਰ 40 ਰੋਟੀਆਂ ਤੂੰ ਬੜਾ ਕਿ ਪਿੰਡ ਇਕੱਠਾ ਕੀਤਾ ਉੱਥੇ ਅੱਛੇ ਜਿਹੜੇ ਗਾਹਕ ਵਿੱਚੇ ਉਹ ਛੱਡ ਦਵਾਂ ਵੇ ਕੀ ਕੁੱਤੇ ਵਾਂਗੂ ਭੌਂਕੀ ਹੁੰਨਾ ਹੈ ਭੈਣੇ ਗੱਲ ਵਧਾਣਾ ਗੱਲ ਵਧਾਣਾ ਤੁਸੀਂ ਸਾਹ ਜੀ ਗੁੱਸਾ ਨਾ ਕਰੋ ਐ ਤੰਦੂਰ ਵੀ ਉੱਥੇ ਲੈ ਚੱਲਦੇ ਆ ਅੱਜ ਦੇ ਗਾਹਕ ਬੈਠੇ ਵੀ ਇਹਦੇ ਘਰ ਲੈ ਚੱਲਦੇ ਆ ਆਓ ਕਿ ਕਾਦਾ ਲਾ ਮਾਰ ਗਾੜੀ ਤੇ ਕੁੱਤੇ ਆ ਕਿਸੇ ਥਾਂ ਦੇ ਲੈ ਗਾਹਕ ਲੈ ਜਾਂਦੇ ਆ ਤੂੰ ਮਾਮਾ ਲੱਗਣਾ ਗਾਹਕ ਲੈ ਜਾਂਦੇ ਆ ਤਾਦਾ ਰੁੱਟੀ ਕਹੀ ਜੇ ਨਹੀਂ ਤੇਰੇ ਮਹਿਮਾਨਾਂ ਦੇ ਕਿਸੇ ਦੰਦ ਕੱਢੇ ਮਰੇ ਅੱਗੇ ਥੋੜੇ ਪਰੌਣੇ ਮੇਰੇ ਘਰ ਆ ਗਏ ਨੇ ਪਰੌਣੇ ਆ ਗਏ ਸ਼ੁਕਰ ਕਰ ਭੈਣ ਤੂੰ ਜਾ ਦਿਮਾਗ ਨਾ ਖਰਾਬ ਵੇ ਜਾਵਾਂ ਕਿਤੇ ਪਰੇ ਮਰ ਗੰਦੇ ਹੱਥ ਮੈਨੂੰ ਲਾਈ ਜਾਂਦਾ ਰੋਟੀਆਂ ਵਾਲੇ ਹੱਥ ਇਹ ਕਿਹੜੇ ਗੰਦੇ ਹੁੰਦੇ ਰੋਟੀਆਂ ਵਾਲੇ ਹੱਥ ਪਤਾ ਨਹੀਂ ਕਿੰਨੇ ਦਿਨਾਂ ਦੇ ਧੋਤੇ ਨੇ ਖਮੀਰੇ ਹੱਥੇ ਵਰਗੀ ਸ਼ਕਲ ਇਹ ਹੱਥ ਮੇਰੇ ਉਸਤਾਦ ਦੇ ਲੋਕ ਚੁੰਮਦੇ ਆਣ ਕੇ ਹੱਥ ਹਾਂਜੀ ਚੁੱਪ ਕਰ ਜਾ ਮੈਨੂੰ ਵੇ ਬਹਿ ਆਵੇ ਮੈਨੂੰ ਉਲਟੀ ਆ ਜਾਏਗੀ ਕੰਮ ਛੱਡ ਦੋ ਤੈਨੂੰ ਉਲਟੀ ਆ ਰਹੀ ਤੈਨੂੰ ਸਿੱਧੀ ਆਵੇ ਤੂੰ ਜੀ ਸਿੱਧੀਆਂ ਪੁੱਠੀਆਂ ਉਲਟੀਆਂ ਕਰਦੀ ਐ ਵੇ ਲੈ ਤੂੰ ਕਿੱਦਾਂ ਦੀਆਂ ਗੱਲਾਂ ਤੁਸੀਂ ਮੇਰੇ ਨਾਲ ਕਰਨ ਡਿਆ ਇੰਨੀ ਦੇਰ ਦੀ ਮੈਂ ਕਲੋਤੀ ਕੱਟਾ ਲਾ ਤਾਂ ਨਿਕਲ ਜਾ ਤੂੰ ਉਹ ਪਿੱਟੇ ਮੂੰਹ ਗਾਹਕ ਤੇ ਤੁਹਾਡੇ ਕੋਲ ਕੋਈ ਆਣ ਨਹੀਂ ਦਿਆ ਆ ਕਹਾਂ ਅੰਦਰ ਬੈਠੇ ਹੀ ਅੰਦਰ ਕੀ ਕਰ ਆ ਕੇ ਅਸੀਂ ਆਪਾਂ ਵੀ ਰਿਸ਼ਤਿਆਂ ਲਾਏ ਰਿਸ਼ਤਿਆਂ ਨੇ ਆਏ ਨੇ ਇੱਥੇ ਕਲੋਈ ਨੂੰ ਮੈਂ ਬਾਹਰ ਕੱਢਾਂ ਚਕਲੋ ਦਰਾ ਰੋਟੀਆਂ ਦੋ ਰੋਟੀਆਂ ਉਧਰ ਨਿਕਲ ਜਾ ਬਾਹਰ ਕਿੱਥੇ ਕੱਢਣਾ ਵੇ ਮੋਟੂ ਖਬਰਦਾਰ ਮੈਨੂੰ ਪਤਲੂ ਇਹਨੂੰ ਸਮਝਾ ਵੇ ਮੈਂ
ठीक है ना मोटू पतलू तुहाडा बेड़ा ही तर जावे ताडा बेड़ा तर दे तेरा भी तर ले सारा ताडा ही तर ही जान नहीं है तू मुजरी कश्ती ला के तेरे पानी दे तू छट पर इस गल चल ओनु पानी दे नो 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 नो